ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਾਵਰਿੰਦਰ ਸਿੰਘ। ਤੁਸੀਂ ਸਾਰੇ ਹੀ ਜਾਣਦੇ ਹੋ ਕਿ ਕੋਵਿਡ-19 ਜਿਹਨੂੰ ਕਿ ਆਪਾਂ ਕਰੋਨਾ ਵਾਇਰਸ ਦੇ ਨਾਂ ਨਾਲ ਵਧੇਰੇ ਜਾਣਦੇ ਹਾਂ, ਉਸ ਦੀ ਵਜ੍ਹਾ ਕਰਕੇ ਪੂਰੀ ਦੁਨੀਆ ਦੇ ਵਿੱਚ ਲੋਕਡਾਊਨ ਹੋ ਚੁੱਕਿਆ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਜਿੱਥੇ ਤੁਹਾਨੂੰ ਪਤਾ ਕਿ 22 ਮਾਰਚ ਦਿਨ ਐਤਵਾਰ ਦੇ ਦਿਨ ਲੋਕਡਾਊਨ ਰਹਿਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਬੀਤੇ ਦਿਨੀ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮ ਨੂੰ ਸੰਬੋਧਨ ਕੀਤਾ ਅਤੇ ਆਖਿਆ ਸੀ ਕਿ ਆਉਣ ਵਾਲੇ ਅਗਲੇ 21 ਦਿਨਾਂ ਤੱਕ ਇਸੇ ਤਰ੍ਹਾਂ ਦੇ ਨਾਲ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਲੋਕਡਾਊਨ ਰਹਿਣਾ ਪੈਣਾ ਅਤੇ ਜੇਕਰ ਅਸੀਂ ਇਹ 21 ਦਿਨਾਂ ਦੇ ਵਿੱਚ ਇਸ ਆਦੇਸ਼ਾਂ 'ਤੇ ਅਮਲ ਨਾ ਕੀਤਾ ਤਾਂ ਹੋ ਸਕਦਾ ਕਿ ਅਸੀਂ ਜਾਂ ਸਾਡਾ ਦੇਸ਼ 21 ਸਾਲ ਪਿੱਛੇ ਚਲਾ ਜਾਏਗਾ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਰੋਨਾ ਵਾਇਰਸ ਇੱਕ ਐਸੀ ਆਪਦਾ ਬਣ ਕੇ ਸੰਸਾਰ ਭਰ ਦੇ ਉੱਤੇ ਟੁੱਟ ਗਿਆ ਅਤੇ ਜਿਸ ਦਾ ਕੋਈ ਨਾਂ ਤਾਂ ਹਾਲੇ ਤੱਕ ਸਾਇੰਸਦਾਨਾਂ ਵਿਗਿਆਨੀਆਂ ਦੇ ਕੋਲ ਤੋੜ ਮਿਲ ਸਕਿਆ। ਅਤੇ ਸਭ ਤੋਂ ਵੱਡੀ ਜਿਹੜੀ ਇੱਕੋ ਇੱਕ ਅਹਤਿਆਤ ਹੈ, ਇੱਕੋ ਇੱਕ ਸਾਵਧਾਨੀ ਹੈ ਜਿਹਨੂੰ ਵਰਤ ਕੇ ਅਸੀਂ ਕਰੋਨਾ ਨੂੰ ਫੈਲਣ ਤੋਂ ਰੋਕ ਸਕਦੇ ਹਾਂ, ਉਹ ਇਹੀ ਹੈ ਕਿ ਸਮੁੱਚੇ ਵਿਸ਼ਵ ਦੇ ਲੋਕ ਜਿੱਥੇ ਵੀ, ਕਿਉਂਕਿ ਸੰਸਾਰ ਦੇ ਵਿੱਚ ਕੁੱਲ 205 ਕੰਟਰੀਆਂ ਨੇ, 205 ਸੰਸਾਰ ਦੇ ਨਕਸ਼ੇ ਦੇ ਉੱਤੇ ਦੇਸ਼ ਨੇ, ਅਤੇ ਇਹਨਾਂ ਦੇ ਵਿੱਚੋਂ 197 ਦੇਸ਼ਾਂ ਦੇ ਵਿੱਚ ਇਹ ਕਰੋਨਾ ਵਾਇਰਸ ਫੈਲ ਚੁੱਕਿਆ। ਅਤੇ ਸਭ ਤੋਂ ਜ਼ਿਆਦਾ ਇਸ ਦੀ ਮਾਰ, ਕਿਉਂਕਿ ਚੀਨ ਦੇ ਵਿੱਚ ਇਹ ਸ਼ੁਰੂ ਹੋਇਆ, ਚੀਨ ਨੇ ਸਭ ਤੋਂ ਜ਼ਿਆਦਾ ਮਾਰ ਪਿਛਲੇ 2 ਮਹੀਨਿਆਂ ਦੌਰਾਨ ਝੱਲੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਕਰੋਨਾ ਵਾਇਰਸ ਫੈਲਣ ਦਾ ਜਿਹੜਾ ਸੈਂਟਰ ਆ ਉਹ ਯੂਰਪ ਦੇ ਵਿੱਚ ਚਲਾ ਗਿਆ। ਯੂਰਪ ਦੇ ਵਿੱਚ ਇਟਲੀ ਵਰਗੇ ਦੇਸ਼ ਨੇ, ਸਪੇਨ ਵਰਗੇ ਦੇਸ਼ ਨੇ ਜਿਹੜੇ ਕਿ ਇਸ ਮਹਾਂਮਾਰੀ ਨਾਲ ਜੂਝ ਰਹੇ ਨੇ, ਜਿੱਥੇ ਰੋਜ਼ਾਨਾ 700 ਤੋਂ ਲੈ ਕੇ 800 ਤੱਕ ਜਿਹੜੀਆਂ ਮੌਤਾਂ ਨੇ ਉਹ ਹੋ ਰਹੀਆਂ ਨੇ। ਅਤੇ ਇਸ ਤੋਂ ਬਾਅਦ ਜਰਮਨੀ ਦਾ ਵੀ ਨੰਬਰ ਆਉਂਦਾ ਅਤੇ ਅਮੈਰੀਕਾ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਆ। ਸਾਡੇ ਦੇਸ਼ ਦੀ ਜੇਕਰ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਇਹੀ ਆ, ਹੁਣ ਤੱਕ ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਨੂੰ ਸਾਡੇ ਦੇਸ਼ ਦੇ ਲੋਕ ਲੈ ਰਹੇ ਸੀ ਉਹ ਇਹੀ ਸੀ ਕਿ ਕਰੋਨਾ ਵਾਇਰਸ ਦਾ ਸਾਡੇ 'ਤੇ ਕੋਈ ਅਸਰ ਨਹੀਂ ਹੋਣਾ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਕਰੋਨਾ ਵਾਇਰਸ ਮੈਨੂੰ ਨਹੀਂ ਹੁੰਦਾ। ਕੋਈ ਜਵਾਨ ਵਿਅਕਤੀ ਆ ਉਹ ਕਹਿ ਦਿੰਦਾ ਕਿ ਮੈਨੂੰ ਨਹੀਂ ਹੋਣਾ ਅਤੇ ਮੈਂ ਜਿੱਥੇ ਮਰਜ਼ੀ ਜਾਵਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹੀ ਕਰੋਨਾ ਵਾਇਰਸ 'ਤੇ ਹੀ ਗੱਲ ਕਰਾਂਗੇ, 21 ਦਿਨਾਂ ਦਾ ਜੋ ਲੋਕਡਾਊਨ ਹੈ ਅਤੇ ਨਾਲ ਹੀ ਗੱਲ ਕਰਾਂਗੇ ਅਫਗਾਨਿਸਤਾਨ ਦੇ ਰਾਜਧਾਨੀ ਕਾਬਲ ਦੇ ਵਿੱਚ ਗੁਰਦੁਆਰਾ ਸਾਹਿਬ 'ਤੇ ਆਤਮਘਾਤੀ ਹਮਲਾ ਹੋਇਆ, ਉਸ ਦੇ ਵਿੱਚ 11 ਬੰਦੇ ਮਾਰੇ ਗਏ ਨੇ ਅਤੇ 16 ਤੋਂ ਵਧੇਰੇ ਫੱਟੜ ਹੋਏ ਨੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕਾਲਰ ਸਾਡੇ ਨਾਲ ਜੁੜੇ ਨੇ, ਸਵਾਗਤ ਹੈ ਜੀ ਤੁਹਾਡਾ। ਸਵਾਗਤ ਹੈ ਜੀ ਤੁਹਾਡਾ ਗਲੋਬਲ ਗੱਲਬਾਤ ਦੇ ਵਿੱਚ, ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਸੰਪਰਕ ਫਿਲਹਾਲ ਹਜੇ ਕਾਲਰ ਦੇ ਨਾਲ ਨਹੀਂ ਜੁੜ ਸਕਿਆ ਅਤੇ ਤੁਹਾਨੂੰ ਦੱਸ ਰਹੇ ਹਾਂ ਕਿ 21 ਦਿਨਾਂ ਦੇ ਵਿੱਚ ਹੋਰ ਸਾਨੂੰ ਘਰਾਂ ਦੇ ਅੰਦਰ ਹੀ ਰਹਿਣਾ ਪੈਣਾ, ਕਿਉਂਕਿ ਜੇਕਰ ਅਸੀਂ ਅੱਜ ਪੰਜਾਬ ਸਰਕਾਰ ਜਾਂ ਫਿਰ ਕੇਂਦਰ ਸਰਕਾਰ ਦੀ ਇਹ ਗੱਲ ਨਹੀਂ ਮੰਨੀ, ਇਹ ਨਸੀਹਤ ਨਹੀਂ ਮੰਨੀ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਸ ਦਾ ਕਾਫੀ ਮਹਿੰਗਾ ਖਾਮਿਆਜ਼ਾ ਭੁਗਤਣਾ ਪੈ ਸਕਦਾ। ਸੋ ਬਚਾਅ ਦੇ ਵਿੱਚ ਹੀ ਕਹਿੰਦੇ ਨੇ ਕਿ ਸਾਵਧਾਨੀ ਹੈ, ਅਤੇ ਬਚਾਅ ਇਹੀ ਆ ਕਿ ਵੱਧ ਤੋਂ ਵੱਧ ਜਿੰਨਾ ਹੋ ਸਕੇ ਅਸੀਂ ਆਪਣੇ ਘਰਾਂ ਦੇ ਵਿੱਚ ਰਹੀਏ, ਆਪਣੇ ਘਰ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੀਏ, ਬਜ਼ੁਰਗਾਂ ਦੇ ਨਾਲ ਟਾਈਮ ਸਪੈਂਡ ਕਰੀਏ, ਕਿਉਂਕਿ ਅਕਸਰ ਹੀ ਦੇਖਿਆ ਜਾਵੇ ਤਾਂ ਭੱਜ ਦੌੜ ਦੀ ਜਿਹੜੀ ਜ਼ਿੰਦਗੀ ਹੈ, ਇੱਕ ਦੂਸਰੇ ਤੋਂ ਅੱਗੇ ਵਧਣ ਦੀ ਜਿਹੜੀ ਹੋੜ ਹੈ ਦੁਨੀਆ ਦੇ ਵਿੱਚ ਲੱਗੀ ਹੋਈ ਹੈ, ਭਾਰਤ ਦੇਸ਼ ਵੀ ਉਸ ਤੋਂ ਅਛੂਤਾ ਨਹੀਂ ਰਿਹਾ ਸੀ ਅਤੇ ਹਰ ਕੋਈ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੇ ਲਈ ਘੱਟੋ ਘੱਟ ਜਿਹੜਾ ਆਪਣਾ ਟਾਈਮ ਆ ਉਹ ਪਰਿਵਾਰ ਨੂੰ ਦਿੰਦਾ ਸੀ। ਬਜ਼ੁਰਗਾਂ ਨੂੰ ਤਾਂ ਜਿਹੜਾ ਸਮਾਂ ਉਹ ਕੋਈ ਅੱਜ ਕੱਲ੍ਹ ਦੇ ਹੀ ਨਹੀਂ ਰਿਹਾ ਸੀ, ਤਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਇਹ ਪਰਮਾਤਮਾ ਨੇ ਕੁਛ ਇਸ ਤਰ੍ਹਾਂ ਦਾ ਹੀ ਜਿਹੜੇ ਹਾਲਾਤ ਬਣਾਏ ਨੇ, ਕੁਦਰਤ ਨੇ ਇਸ ਤਰ੍ਹਾਂ ਦਾ ਜਿਹੜਾ ਪਾਸਾ ਪਲਟਿਆ ਕਿ ਹਰ ਇੱਕ ਇਨਸਾਨ ਨੂੰ ਆਪਣੇ ਘਰ ਦੇ ਅੰਦਰ ਹੀ ਰਹਿਣਾ ਪੈ ਰਿਹਾ। ਅਤੇ ਜ਼ਾਹਿਰ ਹੈ ਕਿ ਜੇਕਰ 24 ਘੰਟੇ ਕੋਈ ਇਨਸਾਨ ਘਰ ਦੇ ਅੰਦਰ ਰਹੇਗਾ ਅਤੇ ਸਾਰਾ ਟਾਈਮ ਉਹ ਟੀ ਵੀ ਵੀ ਨਹੀਂ ਦੇਖ ਸਕਦਾ, ਕਿਤਾਬਾਂ ਵੀ ਨਹੀਂ ਪੜ੍ਹ ਸਕਦਾ ਅਤੇ ਇੰਟਰਨੈਟ 'ਤੇ ਵੀ ਨਹੀਂ ਜਾ ਸਕਦਾ, ਅਤੇ ਜ਼ਾਹਿਰ ਹੈ ਕਿ ਉਹ ਕੁਛ ਨਾ ਕੁਛ ਜਿਹੜੇ ਪਲ ਨੇ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝੇ ਕਰੇਗਾ। ਅਤੇ ਕਈ ਵਾਰ ਮੈਂ ਦੇਖਿਆ ਵੀ ਆ ਕਿ ਇੱਕ ਦੋ ਪਰਿਵਾਰਾਂ ਦੇ ਵਿੱਚ ਬਜ਼ੁਰਗਾਂ ਦੇ ਨਾਲ ਗੱਲਾਂ ਹੋਣ ਲੱਗ ਗਈਆਂ ਨੇ, ਜਿਹੜਾ ਪੁੱਤਰ ਉਹਨਾਂ ਦਾ ਹਮੇਸ਼ਾ ਜਲਦੀ ਤਿਆਰ ਹੋ ਕੇ ਦਫ਼ਤਰ ਨੂੰ ਜਾਂਦਾ ਸੀ ਜਾਂ ਫਿਰ ਆਪਣੇ ਬਿਜ਼ਨਸ 'ਤੇ ਆਪਣੇ ਦਫ਼ਤਰ ਨੂੰ ਚਲਾ ਜਾਂਦਾ ਸੀ, ਅੱਜ ਉਹ ਆਪਣੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਕਰ ਰਿਹਾ ਅਤੇ ਮਾਤਾ ਪਿਤਾ ਨੂੰ ਵੀ ਖੁਸ਼ੀ ਮਿਲਦੀ ਆ, ਕਿਉਂਕਿ
ਜਿਹੜੇ ਇੱਕ ਬਜ਼ੁਰਗ ਬੰਦੇ ਦੀ ਅਵਸਥਾ ਹੁੰਦੀ ਆ ਉਹਦੇ ਵਿੱਚ ਜਿੰਨਾ ਵੱਧ ਤੋਂ ਵੱਧ ਬਜ਼ੁਰਗਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਉਨਾ ਉਹ ਚੰਗਾ ਫੀਲ ਕਰਦੇ ਨੇ। ਸੋ ਕਰੋਨਾ ਵਾਇਰਸ 'ਤੇ ਜੇਕਰ ਦੇਖੀਏ ਤਾਂ ਇੱਕ ਤਰੀਕੇ ਦੇ ਨਾਲ ਕੁਦਰਤ ਨੇ ਇਨਸਾਨੀਅਤ 'ਤੇ ਹੀ ਚਪੇੜ ਮਾਰੀ ਆ। ਚਪੇੜ ਵੀ ਐਸੀ ਹੈ ਕਿ ਧਰਤੀ, ਪਾਣੀ ਅਤੇ ਹਵਾ ਦੇ ਉੱਤੇ ਜਾਂ ਆਸਮਾਨ ਦੇ ਉੱਤੇ ਰਾਜ ਕਰਨ ਵਾਲਾ ਇਨਸਾਨ ਅੱਜ ਆਪਣੇ ਘਰਾਂ ਦੇ ਅੰਦਰ ਦੱਬ ਕੇ ਰਹਿਣ ਲਈ ਮਜਬੂਰ ਹੋ ਗਿਆ। ਅਤੇ ਸਭ ਤੋਂ ਉੱਤਮ ਪ੍ਰਾਣੀ ਸੰਸਾਰ 'ਤੇ ਇਨਸਾਨ ਨੂੰ ਹੀ ਮੰਨਿਆ ਜਾਂਦਾ ਹੈ, ਇਨਸਾਨ ਦਾ ਹੀ ਰਾਜ ਹੈ। ਲੇਕਿਨ ਅੱਜ ਉਹੀ ਰਾਜਾ ਆਪਣੇ ਘਰਾਂ ਦੇ ਅੰਦਰ ਇੱਕ ਵਾਇਰਸ ਕਰਕੇ, ਉਹ ਵਾਇਰਸ ਜੋ ਅੱਜ ਤੱਕ ਦੇਖਿਆ ਨਹੀਂ ਗਿਆ, ਸਿਰਫ ਉਸ ਵਾਇਰਸ ਕਰਕੇ ਆਪਣੇ ਘਰਾਂ ਅੰਦਰ ਨੂੜਿਆ ਗਿਆ। ਅਤੇ ਕਾਲਰ ਸਾਡੇ ਨਾਲ ਜੁੜੇ ਨੇ, ਬਾਕੀ ਦੀਆਂ ਗੱਲਾਂ ਹੋਰ ਕਰਾਂਗੇ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਨਾਮ ਦੱਸ ਦਿਓ, ਕਿੱਥੋਂ ਬੋਲ ਰਹੇ ਹੋ? ਬਲਦੇਵ ਭੁੱਲਾ ਬਲੋਚਕਲਾ, ਸ੍ਰੀ ਮੁਕਤਸਰ ਸਾਹਿਬ ਤੋਂ ਬੋਲਦਾ ਜੀ। ਜੀ ਜੀ ਜੀ, ਗੁਰੂ ਦੀ ਧਰਤੀ ਤੋਂ ਬੋਲਦੇ ਹੋ ਬਲਦੇਵ ਜੀ? ਹਾਂਜੀ, ਇਹ ਤਾਂ ਗੱਲ ਹੈ ਨਾ ਵੀ ਇਹਨਾਂ ਨੇ ਤਾਂ 84 ਵਾਲਾ ਹੀ ਬਣਾ ਦਿੱਤਾ, ਕਰਫਿਊ ਬਣਾ ਦਿੱਤਾ। ਇਹ ਤਾਂ ਪਿਆਰ ਵਾਲਾ ਸੀ, ਬਾਈ ਬਾਹਲਾ ਹਾਈਲਾਈਟ ਕਰ ਦਿੱਤਾ ਜੀ। ਆ ਦੋ ਤਿੰਨਾਂ ਚੈਨਲਾਂ ਨੇ, PTC ਨੇ ਤੇ ਜੀ ਪੰਜਾਬੀ ਨੇ ਬਾਹਲਾ ਹਾਈਲਾਈਟ ਕਰ ਦਿੱਤਾ। ਅੱਜ ਉਹਨਾਂ ਦੇ ਵੀ ਗੱਲ ਪੈ ਗਏ ਦੂਜਾ ਪੁਲਿਸ ਵਾਲੇ ਜੀ, ਮੀਡੀਆ ਦੇ ਬੰਦਿਆਂ ਦੇ, ਤੇ ਉਹਨਾਂ ਨੂੰ ਇਹੋ ਆਖੀ ਜਾਂਦੇ ਨੇ। ਮਿੰਟ ਮਿੰਟ ਬਾਅਦ ਬੋਗੀਆਂ ਵਿਖਾਈ ਜਾਂਦੇ ਨੇ, ਬੜਾ ਪੁਲਿਸ ਕੁੱਟ ਕੁੱਟ ਕੇ ਸਿਆਣੇ ਇੱਜ਼ਤਦਾਰ ਬੰਦਿਆਂ ਦੇ ਗੱਲ ਪਈ ਜਾਂਦੇ ਆ ਜੀ, ਬਿਲਕੁਲ। ਉਹਨਾਂ ਨੂੰ ਬੜਾ ਹਾਈਲਾਈਟ ਅੱਜ ਮੀਡੀਆ ਨੂੰ ਪੈ ਗਏ। ਇਹ ਤਾਂ ਭੁੱਖਮਰੀ ਤੇ ਇੰਨਾ ਜ਼ਿਆਦਾ ਹੋ ਜਾਏਗਾ ਨਾ, ਪਿੰਡਾਂ ਦੇ ਵਿੱਚ ਕੋਈ ਗੱਲ ਨੀ ਇਹੋ ਜਿਹੀ ਵੈਸ ਪੁਲਿਸ ਵਾਲੀ, ਤੇ ਇਹਨਾਂ ਦੇ ਬਿਲਕੁਲ ਇਹਨਾਂ ਨੇ ਖਤਮ ਕਰ ਦਿੱਤਾ ਪੰਜਾਬ ਨੂੰ। ਤੇ ਕੈਪਟਨ ਸਾਹਿਬ ਆਖੀ ਜਾਂਦਾ ਤੁਸੀਂ ਉਲਟਾ ਇਹਨਾਂ ਦੀ ਸਹਾਇਤਾ ਕਰੋ ਕਿਸਾਨ। ਕਿਸਾਨਾਂ ਦੇ ਕੋਲ ਤਾਂ ਤੁਹਾਨੂੰ ਪਤਾ 10 ਸਾਲਾਂ ਦੇ ਵਿੱਚ ਪਹਿਲਾਂ ਅਕਾਲੀ ਖਾ ਕੇ ਹੁਣ ਕੱਖ ਵੀ ਨੀ ਰਹਿਣ ਦਿੱਤਾ ਕਿਸਾਨਾਂ ਦੇ, ਉਹ ਆਪਦੇ ਪਿੰਡਾਂ 'ਚ ਹੈਲਪ ਕਰੀ ਜਾਂਦੇ ਆ। ਬਲਦੇਵ ਜੀ, ਜਿਹੜੇ ਹਾਲਾਤ ਨੇ ਬਲਦੇਵ ਜੀ ਜਿਹੜੇ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਇਹੀ ਲੱਗ ਰਿਹਾ ਕਿ ਜਿਹੜੇ ਹਾਲਾਤ ਨੇ ਬਲਦੇਵ ਜੀ ਉਹਨਾਂ ਨੂੰ ਦੇਖ ਕੇ ਇਹੀ ਲੱਗ ਰਿਹਾ ਕਿ ਇਕੱਲੇ ਕਿਸਾਨ ਹੀ ਨਹੀਂ, ਵਪਾਰੀ ਵਰਗ ਹੈ ਚਾਹੇ ਉਹ ਕੋਈ ਵੀ ਵਰਗ ਹੈ, ਘਾਟਾ ਹਰ ਕਿਸੇ ਇਨਸਾਨ ਨੂੰ ਪੈ ਰਿਹਾ, ਹਰ ਕਿਸੇ ਕਿਸਾਨ ਨੂੰ ਪੈ ਰਿਹਾ, ਵਪਾਰੀ ਨੂੰ ਪੈ ਰਿਹਾ, ਹਰ ਇੱਕ ਛੋਟੀ ਤੋਂ ਛੋਟੀ ਦੇਸ਼ ਦੀ ਸਟੇਟ ਨੂੰ ਪੈ ਰਿਹਾ, ਦੇਸ਼ਾਂ ਨੂੰ ਪੈ ਰਿਹਾ। ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਜੇਕਰ ਤੁਸੀਂ ਸਾਡੇ ਨਾਲ ਬਲਦੇਵ ਜੀ ਜੁੜੇ ਹੋ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਜਾਂ ਸ਼ਹਿਰ 'ਚ ਰਹਿੰਦੇ ਹੋ? ਸੰਪਰਕ ਟੁੱਟ ਗਿਆ ਅਤੇ ਬਲਦੇਵ ਸਿੰਘ ਜੀ ਨੇ ਜਿਸ ਤਰੀਕੇ ਦੇ ਨਾਲ ਗੱਲ ਛੇੜੀ ਆ ਉਸੇ ਦੀ ਹੀ ਚਰਚਾ ਅੱਜ ਕੱਲ੍ਹ ਹੋ ਰਹੀ ਆ, ਕਿਉਂਕਿ ਪੁਲਿਸ ਨੂੰ ਇੱਕ ਤਰੀਕੇ ਦੇ ਨਾਲ ਪੰਜਾਬ ਸਰਕਾਰ ਕਹਿ ਲਓ ਜਾਂ ਫਿਰ DGP ਪੰਜਾਬ ਦਿਨਕਰ ਗੁਪਤਾ ਵੱਲੋਂ ਕਹਿ ਲਓ ਕਿ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਆ ਕਿ ਜੋ ਵੀ ਇਨਸਾਨ ਦਿਖਦਾ ਅਤੇ ਉਹਦੇ ਨਾਲ ਪਹਿਲਾਂ ਗੱਲ ਨਹੀਂ ਕਰਨੀ, ਸਿੱਧਾ ਉਹਦੇ ਨਾਲ ਡੰਡੇ ਨਾਲ ਗੱਲ ਕਰਨੀ ਆ। ਤੁਸੀਂ ਦੇਖਿਆ ਕਿ ਅਕਸਰ ਵੀਡੀਓ ਸਾਹਮਣੇ ਆਉਂਦੀ ਆ ਅਤੇ ਪੁਲਿਸ ਰੋਕਦੀ ਆ, ਰੋਕਦੀ ਵੀ ਨਹੀਂ, ਰੋਕਣ ਸਾਰ ਕੋਈ ਗੱਲਬਾਤ ਨਹੀਂ ਕਰਦੀ, ਕੋਈ ਪੁੱਛਦੀ ਨਹੀਂ ਕਿ ਇਹ ਬੰਦੇ ਨੂੰ ਕੀ ਐਮਰਜੈਂਸੀ ਹੈ, ਕਿਹੜੇ ਹਾਲਾਤਾਂ ਦੇ ਵਿੱਚ ਉਹ ਘਰੋਂ ਬਾਹਰ ਨਿਕਲਿਆ, ਸਿਰ 'ਤੇ ਡੰਡਾ ਉਹਦੇ 'ਤੇ ਵਰਾਉਣਾ ਸ਼ੁਰੂ ਕਰ ਦਿੱਤਾ ਜਾਂਦਾ। ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਸਵਾਗਤ ਹੈ ਜੀ ਤੁਹਾਡਾ ਗਲੋਬਲ ਗੱਲਬਾਤ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ, ਕੀ ਨਾਮ ਹੈ? ਸ਼ੁਭ ਸਵੇਰਾ ਜੀ ਤੁਹਾਨੂੰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਪ੍ਰਗਟ ਸਿੰਘ ਬਰਲ, ਕੈਲੀਫੋਰਨੀਆ ਸਟੇਟ, ਫ੍ਰੀਮੌਂਟ ਸਿਟੀ, USA ਤੋਂ ਗੱਲ ਕਰ ਰਿਹਾ ਜੀ। ਜੀ ਪ੍ਰਗਟ ਜੀ, ਅਮਰੀਕਾ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਉਹ ਕਾਫੀ ਜ਼ਿਆਦਾ ਵਧੀਆ ਤਾਂ ਨਹੀਂ ਕਹਿ ਸਕਦੇ, ਕਿਉਂਕਿ ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਅਮੈਰੀਕਾ ਦੇ ਵਿੱਚ ਵੀ ਫੈਲ ਰਿਹਾ, ਅਤੇ ਤੁਸੀਂ ਚੰਗੇ ਸੋਰਸ ਹੋਵੋਗੇ ਕਿ ਇਸ ਤਰ੍ਹਾਂ ਹੁਣ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਤੁਹਾਡੇ ਇੱਥੇ ਸਟੇਟ ਦੇ ਵਿੱਚ ਬਣੇ ਹੋਏ? ਸਰਦਾਰ ਸਾਹਿਬ, ਇਹ ਪਹਿਲੀ ਵਾਰ ਕੋਈ ਵਾਇਰਸ ਜਾਂ ਆਫਤ ਨਹੀਂ ਆਈ। ਤੁਸੀਂ ਪਹਿਲਾਂ ਇਤਿਹਾਸ ਕੱਢ ਕੇ ਵੇਖੋ, ਵੱਖ ਵੱਖ ਸਦੀਆਂ 'ਚ ਬਹੁਤ ਜ਼ਿਆਦੀਆਂ ਮਹਾਂਮਾਰੀਆਂ ਹੋਈਆਂ ਜੀ, ਅਤੇ ਕਈ ਲੱਖਾਂ ਲੋਕ ਜਿਹੜੇ ਰੱਬ ਨੂੰ ਪਿਆਰੇ ਹੋ ਗਏ, ਅਤੇ ਜਿਸ ਤਰ੍ਹਾਂ ਹੁਣ ਅਸੀਂ ਇੱਕ ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਦੀ, ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਜੀ, ਕਈਆਂ ਹੋਰ ਦੇਸ਼ਾਂ 'ਚ ਵੀ ਸ਼ਟਡਾਊਨ ਲੱਗੇ ਹੋਏ ਆ, ਪਰ ਉਹ ਪੂਰੀ ਇਤਿਹਾਸ ਵਰਤਦੇ ਆ ਜੀ। ਤੁਹਾਡੇ ਕੋਲ ਫਿਰ ਆਵਾਂਗੇ, ਅਸੀਂ ਦੱਸ ਦਿੰਦੇ ਹਾਂ ਕਿ ਸਾਡੇ ਨਾਲ ਇਸ ਮੌਕੇ SGPC ਦੇ ਜਿਹੜੇ ਗੁਰਬਖਸ਼ ਸਿੰਘ ਖਾਲਸਾ ਨੇ, ਜੂਨੀਅਰ ਮੀਤ ਪ੍ਰਧਾਨ ਨੇ SGPC ਦੇ, ਉਹ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ, ਅਤੇ SGPC ਨੇ ਕੁਝ ਖਾਸ ਤਿਆਰੀਆਂ ਕੀਤੀਆਂ ਨੇ, ਅਤੇ ਉਹ ਤਿਆਰੀਆਂ ਕੀ ਨੇ ਗੁਰਬਖਸ਼ ਸਿੰਘ ਖਾਲਸਾ ਜੀ ਤੋਂ ਪੁੱਛਦੇ ਹਾਂ। ਖਾਲਸਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, SGPC ਵੀ ਹੁਣ ਅੱਗੇ ਆ ਰਹੀ ਹੈ, ਕਿਉਂਕਿ ਮਾਨਵਤਾ ਦੀ ਸੇਵਾ ਕਰਨਾ ਹੀ ਮਨੁੱਖ ਜਿਹੜਾ ਸਾਡਾ ਦੱਸਿਆ ਜਾਂਦਾ ਕਿ ਸਿੱਖ ਕੌਮ ਦਾ ਪਹਿਲਾ ਫਰਜ਼ ਹੈ, ਅਤੇ SGPC ਨੇ ਹੁਣ ਕੀ ਤਿਆਰੀਆਂ ਕੀਤੀਆਂ ਨੇ, ਕਿਸ ਤਰੀਕੇ ਦੇ ਨਾਲ ਜਿਹੜਾ ਪਲਾਨ ਆ ਤੁਸੀਂ ਲੈ ਕੇ ਆ ਰਹੇ ਹੋ, ਅਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਤੁਸੀਂ ਸੇਵਾ ਕਰੋਗੇ ਹੁਣ?
ਇਸ ਤਰ੍ਹਾਂ ਨਾ ਜੀ, ਜਿਸ ਤਰ੍ਹਾਂ ਸਿੰਘ ਸਾਹਿਬ ਗਏ ਨੇ ਹਰਪ੍ਰੀਤ ਸਿੰਘ ਹੋਣਾ ਨੇ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਉਹਨਾਂ ਨੇ ਵੀ ਇਹ ਆਦੇਸ਼ ਜਾਰੀ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੁਨੀਆ ਭਰ ਦੀਆਂ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ ਜੀ, ਉਹ ਗੁਰੂ ਕੀ ਗੋਲਕ ਜਿਹੜੀ ਹੈ ਉਹ ਲੋੜਵੰਦਾਂ ਦੇ ਲਈ ਖੋਲ ਦੇਵੇ। ਉਸ ਤੋਂ ਬਾਅਦ ਸਾਡੇ ਪ੍ਰਧਾਨ ਸਾਹਿਬ ਭਾਈ ਗੋਬਿੰਦ ਸਿੰਘ ਜੀ ਰੰਗਵਾਲ, ਉਹਨਾਂ ਨੇ ਚੇਚੇ ਤੌਰ ਦੇ ਉੱਤੇ ਸਰਕਾਰ ਇਸ ਗੱਲ ਦੀ ਪੇਸ਼ਕਸ਼ ਕੀਤੀ ਆ ਕਿ ਸਾਡੇ ਕੋਲ ਸਰਾਵਾਂ ਦੇ ਵਿੱਚ ਜਿੰਨੇ ਗੁਰਦੁਆਰਿਆਂ ਵਿੱਚ ਸਰਾਵਾਂ ਨੇ ਉਹਨਾਂ ਵਿੱਚ ਕਮਰੇ ਨੇ ਜੀ, ਇਸ ਤੋਂ ਨਾਲ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਹੈਗੀ ਆ। ਇਹਨਾਂ ਥਾਵਾਂ ਦੇ ਉੱਤੇ ਜੇ ਤੁਸੀਂ ਆਈਸੋਲੇਟ ਕਰਕੇ ਜੀ ਉੱਥੇ ਜੇ ਇਕਾਂਤਵਾਸ ਲਈ ਤੁਸੀਂ ਉੱਥੇ ਕੋਈ ਜਿਹੜੇ ਮਰੀਜ਼ ਨੂੰ ਰੱਖਣਾ ਚਾਹੁੰਦੇ ਹਾਂ ਤਾਂ ਅਸੀਂ ਤੁਹਾਨੂੰ ਇਹ ਪੇਸ਼ਕਸ਼ ਕਰਦੇ ਕਿ ਤੁਸੀਂ ਸਾਡੀਆਂ ਸਰਾਵਾਂ ਦੇ ਵਿੱਚ ਰੱਖ ਸਕਦੇ। ਇਸ ਤਰ੍ਹਾਂ ਉਹਨਾਂ ਨੂੰ ਲੰਗਰ ਦਾ ਜੋ ਪ੍ਰਬੰਧ ਹੋਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਵਾਈਡ ਕਰਾਏਗੀ। ਇਸੇ ਤਰ੍ਹਾਂ ਜਿਹੜੀ ਮੈਡੀਸਨ ਦੀ ਜ਼ਰੂਰਤ ਹੈਗੀ ਆ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਪ੍ਰੋਵਾਈਡ ਕਰਾਏਗੀ। ਖਾਲਸਾ ਜੀ, ਅਨੰਦਪੁਰ ਸਾਹਿਬ ਦੇ ਵਿੱਚ ਤਾਂ ਸ਼ਾਇਦ ਜਿਹੜੀ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਰਾਂ ਹੈਗਾ ਸੀ ਜੋ ਉਹਨੂੰ ਵੀ ਜਿਹੜਾ ਆਈਸੋਲੇਸ਼ਨ ਵਾਰਡ ਦੇ ਵਿੱਚ ਬਦਲ ਦਿੱਤਾ ਗਿਆ ਪ੍ਰਸ਼ਾਸਨ ਨੂੰ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਪ੍ਰਸ਼ਾਸਨ ਦੇ ਹੈਂਡਓਵਰ ਕੀਤਾ ਸੀ ਉਹਨੂੰ ਅਤੇ ਉੱਥੇ ਤਾਂ ਬਣ ਗਈ ਆ। ਅਤੇ ਲੇਕਿਨ ਖਾਲਸਾ ਜੀ, ਜਿਹੜੇ ਮੁਸੀਬਤ ਇਹੀ ਆ ਕਿ ਠੀਕ ਹੈ ਅਸੀਂ ਤਿਆਰੀਆਂ ਕਰ ਰਹੇ ਹਾਂ, ਸਾਰੀਆਂ ਆਈਸੋਲੇਸ਼ਨ ਵਾਰਡ ਅਸੀਂ ਬਣਾ ਰਹੇ ਹਾਂ, SGPC ਆਪਣੇ ਜਿਹੜੇ ਸਥਾਨ ਨੇ ਆਪਣੀਆਂ ਸਰਾਵਾਂ ਨੇ ਉਹ ਪ੍ਰਸ਼ਾਸਨ ਨੂੰ ਸਿਹਤ ਵਿਭਾਗ ਨੂੰ ਦੇ ਰਹੀ ਆ। ਅਤੇ ਲੇਕਿਨ ਇੱਕ ਸਵਾਲ ਇਹੀ ਹੈ ਕਿ ਲੋਕਾਂ ਦੇ ਕੋਲ ਘਰਾਂ ਦੇ ਵਿੱਚ ਜਿਹੜਾ ਰਾਸ਼ਨ ਖਤਮ ਹੁੰਦਾ ਜਾ ਰਿਹਾ, ਲੋਕ ਜੇ ਬਾਹਰ ਨਿਕਲਦੇ ਨੇ ਤਾਂ ਪੁਲਿਸ ਖੜ੍ਹੀ ਹੁੰਦੀ ਹੈ, ਪੁਲਿਸ ਕੋਈ ਗੱਲ ਨਹੀਂ ਕਰਦੀ ਅਤੇ ਸਿੱਧਾ ਉਹਨਾਂ 'ਤੇ ਡੰਡੇ ਮਾਰਦੀ ਹੈ। ਅਤੇ SGPC ਇਸ ਤਰ੍ਹਾਂ ਦਾ ਕੁਛ ਪਲਾਨ ਕਰ ਰਹੀ ਹੈ ਕਿ ਲੋਕਾਂ ਨੂੰ, ਜਿਹੜੇ ਲੋਕ ਘਰ ਦੇ ਵਿੱਚ ਨੇ ਜਾਂ ਜਿਹੜੇ ਮਜ਼ਦੂਰ ਤਬਕੇ ਦੇ ਲੋਕ ਨੇ, ਅਤਿ ਗਰੀਬ ਪਰਿਵਾਰ ਨੇ, ਉਹਨਾਂ ਦੀ ਮਦਦ ਦੇ ਲਈ ਕੁਛ ਪਲਾਨ ਕਰ ਰਹੀ ਹੈ SGPC? ਵੈਸੇ ਤਾਂ ਦੇਖੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਵੀ ਸਿੰਘ ਸਾਹਿਬ ਨੇ ਉੱਥੇ ਲੰਗਰ ਦੀ ਜਿਹੜੀ ਹੈਗੀ ਆ ਉਹ ਸਹੂਲਤ ਚਾਲੂ ਕਰਵਾਤੀ ਹੈਗੀ, ਜਿਹੜਾ ਵੀ ਲੋੜਵੰਦ ਬੰਦਾ ਹੈ ਉਹ ਉੱਥੇ ਆ ਕੇ ਛੱਡ ਵੀ ਸਕਦਾ ਔਰ ਆਪਣੇ ਪਰਿਵਾਰ ਲਈ ਵੀ ਲੈ ਕੇ ਜਾ ਸਕਦਾ। ਖਾਲਸਾ ਜੀ, ਸਵਾਲ ਇਹੀ ਹੈ ਨਾ, ਕਿਉਂਕਿ ਘਰੋਂ ਤਾਂ ਨਿਕਲ ਹੀ ਨਹੀਂ ਸਕਦੇ ਲੋਕ, ਘਰੋਂ ਤਾਂ ਜੀ ਹਾਂਜੀ ਪ੍ਰੋਬਲਮ ਤਾਂ ਵੱਡੀ ਹੈ ਜੀ। ਤੇ ਕਿੱਦਾਂ ਕੱਲ ਨੂੰ ਸਾਡੀ ਇਹਦੇ ਸੰਬੰਧ ਵਿੱਚ ਇੱਕ ਮੀਟਿੰਗ ਵੀ ਹੈਗੀ ਜਿਹੜੀ ਅਜੈਕਟਿਵ ਦੀ, ਕਿਉਂਕਿ ਇਸ ਵੇਲੇ ਜਨਰਲ ਇਜਲਾਸ ਹੋ ਨਹੀਂ ਸਕਦਾ, ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅਜੈਕਟਿਵ ਦੀ ਮੀਟਿੰਗ ਹੈਗੀ ਆ ਬਜਟ ਦੇ ਸੰਬੰਧ, ਜੋ ਕੱਲ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੀ ਗਈ ਆ ਜੀ, ਜਿਹੜਾ ਵੱਲਾ ਹਸਪੀਟਲ ਹੈਗਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਜੀ, ਤੇ ਉੱਥੇ ਇਹਦੇ ਬਾਰੇ ਜਿਹੜੀ ਹੈਗੀ ਜ਼ਰੂਰ ਵਿਚਾਰ ਚਰਚਾ ਕਰਾਂਗੇ ਕਿ ਇਨ ਫਿਊਚਰ ਜੇ, ਕਿਉਂਕਿ ਲੰਮਾ ਟਾਈਮ ਦਾ ਜਿਹੜਾ ਹੈਗਾ 21 ਦਿਨ ਦਾ ਲਾਕਡਾਊਨ ਕੀਤਾ ਗਿਆ ਜੀ, ਔਰ ਉਹਦੇ ਲਈ ਅਸੀਂ ਵੀ ਸਮਝਦੇ ਹਾਂ ਕਿ ਸਰਕਾਰ ਚਾਹੇ ਕਹਿ ਰਹੀ ਹੈਗੀ ਕਿ ਅਸੀਂ ਪ੍ਰਬੰਧ ਕਰ ਰਹੇ ਹਾਂ, ਪਰ ਉਸ ਪੱਧਰ ਤੇ ਉੱਤੇ ਹਜੇ ਤੱਕ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਸ਼ੁਰੂ ਨਹੀਂ ਹੋਈਆਂ, ਕਿਉਂਕਿ ਸਰਕਾਰ ਨੇ ਬੜੀ ਜਲਦੀ 'ਚ ਫੈਸਲਾ ਤਾਂ ਜਿਹੜਾ ਹੈਗਾ ਖਾਸ ਕਰਕੇ ਸਟੇਟ ਗਵਰਨਮੈਂਟ ਨੇ ਵੱਡੀ ਪੱਧਰ ਤੇ ਲੈ ਲਿਆ ਗਿਆ, ਪਰ ਉਹਦੇ ਲਈ ਮੈਂ ਸਮਝਦਾ ਕਿ ਜਿਹੜੀ ਤਿਆਰੀ ਹੈਗੀ ਆ ਉਹਦੇ ਲਈ 1-2 ਦਿਨ ਤਾਂ ਜਿਹੜੀ ਆ ਪੂਰੀ ਐਡਜਸਟਮੈਂਟ ਕਰਨੇ ਲੱਗ ਜਾਏਗਾ ਜੀ। ਕੱਲ੍ਹ ਤੁਹਾਡੀ ਅਸੀਂ ਉਮੀਦ ਕਰਦੇ ਹਾਂ ਕਿ ਕੱਲ੍ਹ ਜਿਹੜੀ ਐਗਜ਼ੈਕਟਿਵ ਕਮੇਟੀ ਦੀ ਤੁਸੀਂ ਦੱਸਿਆ ਕਿ ਮੀਟਿੰਗ ਹੋਣ ਜਾ ਰਹੀ ਆ, ਅਤੇ ਹੋ ਸਕਦਾ ਕੋਈ ਜਿਹੜੇ ਚੰਗੇ ਨਤੀਜੇ ਨੇ ਉਹ ਨਿਕਲ ਕੇ ਆਉਣਗੇ ਸਾਹਮਣੇ, ਅਤੇ ਅਸੀਂ ਵੀ ਉਮੀਦ ਇਹੀ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਜਿੰਨਾ ਹੋ ਸਕੇ ਉਹਨਾਂ ਲੋਕਾਂ ਦੀ ਸੇਵਾ ਕਰੇ, ਉਹਨਾਂ ਲੋਕਾਂ ਦਾ ਸਾਥ ਦੇਵੇ। ਅਤੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦੁੱਖ ਦੀ ਘੜੀ ਦੇ ਵਿੱਚ, ਇਸ ਸੰਕਟ ਦੀ ਘੜੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਅੱਗੇ ਆਈ ਹੈ, ਸਰਕਾਰ ਦਾ ਸਾਥ ਦੇ ਰਹੀ ਹੈ। ਗੁਰਬਖਸ਼ ਸਿੰਘ ਖਾਲਸਾ ਸਾਡੇ ਨਾਲ ਜੁੜੇ ਹੋਏ ਨੇ। ਖਾਲਸਾ ਜੀ, ਆਖਰੀ ਸਵਾਲ ਪੁੱਛੂੰਗਾ, ਦਰਬਾਰ ਸਾਹਿਬ ਦੇ ਵਿੱਚ, ਕਿਉਂਕਿ ਦੁਆਰ ਤਾਂ ਅਸੀਂ ਬੰਦ ਨਹੀਂ ਕਰ ਸਕਦੇ, ਲੇਕਿਨ ਕਿਸੇ ਤਰੀਕੇ ਦੇ ਨਾਲ ਉੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ 'ਤੇ ਕਿਸੇ ਤਰ੍ਹਾਂ ਦਾ ਕੰਟਰੋਲ ਕੀਤਾ ਜਾ ਰਿਹਾ? ਨਹੀਂ, ਸੰਗਤ ਆ ਹੀ ਨਹੀਂ ਰਹੀ, ਜਿਵੇਂ ਕਰਫਿਊ ਲੱਗਾ ਹੈਗਾ, ਕੋਈ ਜਿਹੜੇ ਕੋਈ ਸਾਡੇ ਸੇਵਾਦਾਰ ਨੇ ਜਾਂ ਕੋਈ ਪਰਿਵਾਰ ਜਿਹੜੇ ਬਿਲਕੁਲ ਨਾਲ ਲੱਗਦੇ ਨੇ, ਉਹ ਸ਼ਾਮ ਸਵੇਰੇ ਕੋਈ ਆ ਕੇ ਮੱਥਾ ਟੇਕ ਜਾਂਦੇ ਦੇਖ ਜਾਂਦੇ ਆ, ਤੁਸੀਂ ਦੇਖ ਸਕਦੇ ਹਾਂ ਲਾਈਵ ਦੇ ਉੱਤੇ ਕਿ ਸੰਗਤ ਦੀ ਗਿਣਤੀ ਜਿਹੜੀ ਹੈ ਬਿਲਕੁਲ ਨਾਮਮੁੱਲੀ ਆ। ਤੇ ਪਰ ਇਹ ਆ ਵੀ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਇਸ ਬਾਰੇ, ਪਰ ਅਸੀਂ ਪਿੰਡਾਂ ਦੇ ਵਿੱਚ ਵੀ ਇਸ ਗੱਲ ਲਈ ਸੰਗਤ ਨੂੰ ਆਗਾਹ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਆ ਉਹ ਆਪੇ ਹੀ ਸਵੇਰੇ ਸ਼ਾਮ ਦੀ ਡਿਊਟੀ ਨਿਭਾਉਣ, ਪਿੰਡ ਦੀ ਸੰਗਤ ਜਿਹੜੀ ਉਹਨੂੰ ਸਵੇਰੇ ਨਿਤਨੇਮ ਸ਼ਾਮ ਦਾ ਨਿਤਨੇਮ ਜਿਹੜਾ ਉਹ ਸਰਵਣ ਕਰਾਉਣ, ਪਰ ਇਹ ਆ ਵੀ ਸੰਗਤ ਦੀ ਆਮਦ ਜਿਹੜੀ ਹੈਗੀ ਉਹ ਬੜੀ ਸੀਮਿਤ ਰੱਖੀ ਜਾਵੇ ਪਿੰਡਾਂ ਵਿੱਚ ਵੀ ਜੀ ਜੀ ਜੀ। ਤੇ ਅਸੀਂ ਤਾਂ ਹੁਣ ਦੇਖੋ ਇਸ ਲਈ ਲੋਕਾਂ ਨੂੰ ਸਿਰਫ ਜਾਗਰੂਕ ਕਰ ਸਕਦੇ ਹਾਂ ਕਿ ਬਾਕੀ ਸੰਗਤ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦੇਵੇ, ਤੇ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਪਹਿਲਾਂ ਵੀ ਹਮੇਸ਼ਾ ਆਪਣੀ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਦੇ ਨਾਲ ਨਿਭਾਇਆ, ਤੇ ਹੁਣ ਵੀ ਜਿਹੜੀ ਆਪਣੀ ਜ਼ਿੰਮੇਵਾਰੀ ਹੈ ਅਸੀਂ ਉਸੇ ਤਰੀਕੇ ਨਾਲ ਨਿਭਾਵਾਂਗੇ ਜਿਹੋ ਜਿਹਾ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ। ਜੀ ਜੀ ਜੀ, ਠੀਕ ਹੈ ਜੀ। ਗੁਰਬਖਸ਼ ਸਿੰਘ ਖਾਲਸਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਹੋ, ਸਾਨੂੰ ਇਹ ਮਹੱਤਵਪੂਰਨ ਜਾਣਕਾਰੀ ਤੁਸੀਂ ਦਿੱਤੀ ਹੈ। ਸੋ ਗੁਰਬਖਸ਼ ਸਿੰਘ ਖਾਲਸਾ ਸਾਡੇ ਨਾਲ ਜੁੜੇ ਸੀ, SGPC ਦੇ ਜੂਨੀਅਰ ਮੀਤ ਪ੍ਰਧਾਨ ਨੇ, ਅਤੇ ਇਹਨਾਂ ਨੇ ਦੱਸਿਆ ਕਿ ਕੱਲ੍ਹ ਯਾਨੀ ਕਿ ਵੀਰਵਾਰ ਨੂੰ
एस जी पी सी की एक जी खास जी मीटिंग हो जा रही है वो फैसले ले जाएंगे प्रधान भाई गोविंद सिंह लौंगोवाल इस मीटिंग की प्रधानगी करे। सो उम्मीद करते हैं कि श्रोमणी गुरद्वारा प्रबंधक कमेटी भी इस तरह के नाल पंजाब सरकार का साथ दिंदी रहेगी ते मानवता की सेवा करती रहेगी। तो इस दौरान असी दस दें कि पूरे पंजाब भर के जोड़े 22 जिले ने उन्होंने सारे जोड़े प्रशासन वालों हैल्पलाइन नंबर कुछ जारी कर दिए गए ने। मेरे को कुछ पटियाला मैं तुम्हें दस दिना कि पटियाला डिप्टी कमिश्नर श्री कुमार अमित ने एक दो हैल्पलाइन नंबर जारी किए ने। COVID-19 संबंधी जेकर तुसी कोई जानकारी देनी है, मैं पटियाले जिले की गल कर रहा, कोई बाहरला जिला ये नंबर पर ना कॉल करे, सिर्फ पटियाले जिले के जोड़े लोग ने उही कॉल कर सकते हैं। उन्होंने सहूलत दे लई मैं नंबर एक बोल दिना, COVID-19 यानी कि कोरोना वायरस संबंधी जेकर तुसी कोई जानकारी है या तुहाडे कोल कोई सूचना है तो तुसी इस नंबर पर तुसी प्रशासन नूं देख सकते हो। जे तुसी चाहो तो नंबर नोट भी कर सकते हो, 98558712 98558712 एक नंबर है। तो दूसरा नंबर 98556386398, मैं दोबारे बोल दिना 98556386398। सो आम आदमी पार्टी यानी कि विरोधी धिर दे आगू हरपाल सिंह चीमा जी साढ़े नाल जुड़े ने, उन्होंने नाल गलबात करते हैं। चीमा जी बहुत बहुत स्वागत है तुहाडा ग्लोबल गलबात दे विच। बहुत बहुत धन्यवाद जी तुहाडा सारिआं दा। हरपाल सिंह चीमा जी, जिस तरीके दे हालात बनते जा रहे ने इस कोई शक नहीं कि पंजाब दीआं जिन्नीआं भी पार्टियां ने उह सारीआं ही एक मत हो के इस औखी घड़ी दे विच सरकार दा साथ दे रहीआं ने। लगातार विधायक ने जिहड़े वख-वख पार्टियां दे उह वी लोकां नूं अपील कर रहे ने कि घरां अंदर रहा जावे। तुहाडा जे गल करिए आम आदमी पार्टी वालों तुसीं की उपराले कर रहे हो ते की लोकां नूं की अपील करोगे? देखो असीं भी सरकार दे नाल इही गल दी अपील कर रहे हां क्योंकि इस बीमारी दा इलाज जिहड़ा हैगा, बीमारी आउण तों पहलां ही इहदा इलाज करना हुंदा, मीनस सानूं सारिआं नूं जिहड़ा सोशल डिस्टेंस बणा के रखणा हुंदा जी, आपस विच जिहड़ा हैगा सानूं दूरी बणा के रखणी चाहीदी। और जिहड़ा असीं घरां च क्योंकि मैं समझता कर्फ्यू लाने की नौबत सरकार इस गल करके आई है क्योंकि लोग जो है मान रहे थे सरकार की गल मान रहे थे, इसे गल करके जो कर्फ्यू लाने की नौबत आई हैगी। सो मैं समझना गा लोगों को सारी गल बननी चाहिए है क्योंकि जी महामारी है बड़ी भयानक रूप धारण कर सकती है। ये जी महामारी है हजे मैं समझता पहली दूजी स्टेज पर है, जेकर यह कम्युनिटी स्प्रैड जिन्होंने आप कह रहे लोगों फैल गई तो यह बहुत भारी नुकसान जोड़ा हो सकता गा। सो सारे चाहिए कि सानू गवर्नमेंट दी जिहड़ियां गाइडलाइन ने फॉलो करनिया चाहीदियां ने, जिहड़ियां भी सानूं हदायतां आईआं नेगियां उन्हां नूं मनना चाहीदा गा, चाहे साडा कोई चुणिया होया प्रतिनिधि गल करदा, चाहे पंच गल करदा, चाहे सरपंच गल करदा, चाहे नंबरदार करदा, चाहे MLA साहिबान करदा, जां MP करदा, जां देश दा मुख्यमंत्री राष्ट्रपति प्रधानमंत्री सारे गल करदे ने, सारे ऑफिसर साहिबान जिहड़े हैगे ने, चाहे DGP SSP डिप्टी कमिश्नर बहुत सारे साडे जिहड़े हैगे ने पंजाब पुलिस दे जां साडे पैरामेडिकल फोर्सेस दे मेडिकल ऑफिसर सारे बहुत अच्छा काम कर रहे ने। मैं समझना सानू सारिआं नूं जिहड़ा हैगा उहनां साथ देणा चाहीदा और साथ दे के इस महामारी दा मुकाबला करना चाहीदा क्योंकि इह जिहड़ी भयानक इस तरह दी महामारी जेकर इहदी चपेट च पंजाब जां हिंदुस्तान आ गया तां बहुत भारी नुकसान हो सकदा। सो जो एहतियात वजों जिहड़े वरते जा रहे ने, सो इहनां नूं सभ नूं फॉलो करना चाहीदा तां पालन करना चाहीदा। अच्छा चीमा साहब, सवाल मेरा इह है कि तुहानूं लगदा कि साडे देश दी सरकार ने सही समें ते जिहड़ा मौका संभाल लिया कि सही समें ते लॉकडाउन कीता पूरे हिंदुस्तान नूं, या फिर कुछ दिनां दी देरी हुई है, तुहानूं की लगदा? देखो देरी बेशक थोड़ी बहुत ही हुई है कि पर लेकिन फिर भी बहुत अच्छा जिहड़ा मौका संभालिया गवर्नमेंट ऑफ इंडिया ने, गवर्नमेंट ऑफ पंजाब ने इस गल की सलाघा करनी बनती है क्योंकि इटली वर्गे देश जिन्हां दा बड़ा एडवांस जिहड़ा है हेल्थ दा सिस्टम सी, सेहत दा सिस्टम सी, वो कितना ना कितना लॉकडाउन करना वो लेट हो गए तो उन्होंने भयानक जिहड़ा है उसकी कीमत चुकानी पई हैगी। सो इंडिया ने पंजाब ने बिल्कुल सही टाइम से, होर सरकारां ने जिहड़े हैगा दिल्ली सरकार ने सारिया सरकारां ने बड़ा राइट टाइम से स्टैप लिया है, मैं कहना ठीक हैगा है क्योंकि ये जी आने वाले समय की तबाही आ तो असं बच सकते हैं। ठीक है, ठीक है। तो मैं समझना बिल्कुल राइट टाइम से सही स्टैप आएगा, नहीं तो जेडे जेडे डेवलप कंट्री दे चाहे ऑस्ट्रेलिया या अमेरिका या इंग्लैंड की गल करिए, इटली की गल करिए, चाइना की गल करिए, उन्होंने भारी नुकसान उठाया, उन्हों तो भी नहीं, हाँ हालात उन्हों तो भी नहीं चीमा साहब काबू होए। जाते जाते चीमा साहब आखिरी यही है, तुम साढ़े दर्शकों को दस दौ किस तरह के नाल
ਘਰ ਦੇ ਵਿੱਚ ਆਪਣਾ ਟਾਈਮ ਸਪੈਂਡ ਕਰਦੇ ਹੋ, ਘਰ ਦੇ ਵਿੱਚ ਹੀ ਰਹਿ ਰਹੇ ਹੋ? ਬਿਲਕੁਲ, ਮੈਂ ਆਪਣੇ ਘਰ 'ਚ ਹੀ ਰਹਿ ਰਿਹਾ ਔਰ ਮੈਂ ਆਪਣੇ ਮੋਬਾਈਲ ਦੇ ਜ਼ਰੀਏ, ਆਪਣੇ ਜਿਹੜਾ ਇਲੈਕਟ੍ਰੋਨਿਕ ਸਿਸਟਮ ਦੇ ਜ਼ਰੀਏ ਲੋਕਾਂ ਨਾਲ ਜੁੜਿਆ ਹੈਗਾ। ਮੈਂ ਤਾਂ ਕੋਸ਼ਿਸ਼ ਇਹ ਕਰ ਰਿਹਾ ਕਿ ਜਿਹੜੀਆਂ ਵੈਲਿਊਏਬਲ ਅੱਛੀਆਂ ਕਿਤਾਬਾਂ ਜਿਹੜੀਆਂ ਘਰ 'ਚ ਅਵੇਲੇਬਲ ਨੇ ਜਾਂ ਹੋਰ ਕਿਤੇ ਮਿਲੇ ਉਹਨਾਂ ਨੂੰ ਪੜ੍ਹਿਆ ਜਾਵੇ ਔਰ ਜਿਹੜਾ ਹੈਗਾ ਗਾਈਡਲਾਈਨ ਨੂੰ ਜਿਹੜਾ ਫੋਲੋ ਕੀਤਾ ਜਾਵੇ ਔਰ ਲੋਕਾਂ ਨੂੰ ਜਿਹੜਾ ਹੈਗਾ, ਮੇਰੀ ਇਹੀ ਅਪੀਲ ਆ ਕਿ ਆਪਣੇ ਘਰਾਂ 'ਚ ਰਹੋ, ਅੱਛਾ ਸਿਹਤ ਪੜ੍ਹੋ, ਚੰਗੀਆਂ ਕਿਤਾਬਾਂ ਪੜ੍ਹੋ ਔਰ ਇਹਦੇ ਨਾਲ ਦੀ ਨਾਲ ਤੁਸੀਂ ਆਪਣੇ ਬੱਚਿਆਂ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਟਾਈਮ ਸਪੈਂਡ ਕਰੋ, ਉਹਨਾਂ ਦੇ ਨਾਲ ਇੰਜੋਏ ਕਰੋ, ਉਹਨਾਂ ਦੇ ਨਾਲ ਜਿਹੜਾ ਹੈਗਾ ਤੁਸੀਂ ਆਪਣਾ ਸਮਾਂ ਬਤੀਤ ਕਰੋ ਔਰ ਚੰਗੇ ਜਿਹੜੇ ਹੈਗੇ ਨੇ, ਤੁਸੀਂ ਅੱਜ ਕੱਲ੍ਹ ਤਾਂ ਇਲੈਕਟ੍ਰੋਨਿਕ ਦੇ ਵਿੱਚ ਟੀਵੀ ਦੇ ਉੱਤੇ ਜੀ ਬਹੁਤ ਬਹੁਤ ਤਰ੍ਹਾਂ ਦੇ ਸਾਧਨ, ਬਿਲਕੁਲ ਬਹੁਤ ਤਰ੍ਹਾਂ ਦੇ ਸਾਧਨ, ਉਹਨਾਂ ਸਾਰੇ ਸਾਧਨਾਂ ਦੇ ਉੱਤੇ ਤੁਸੀਂ ਜਿਹੜੀ ਆ ਇਨਫੋਰਮੇਸ਼ਨ ਵੀ ਗੈਦਰ ਕਰੋ ਔਰ ਲੋਕਾਂ ਨੂੰ ਵੀ ਗਾਈਡ ਕਰਦੇ ਰਹੋ ਤਾਂ ਕਿ ਲੋਕ ਜਿਹੜਾ ਹੈਗਾ ਸਾਰੀਆਂ ਹਦਾਇਤਾਂ ਦਾ ਪਾਲਣ ਕਰਦੇ ਰਹੇ। ਠੀਕ ਠੀਕ ਹੈ ਠੀਕ ਹੈ ਚੀਮਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਸੋ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਸਾਡੇ ਨਾਲ ਜੁੜੇ ਹੋਏ ਸੀ, ਉਹ ਵੀ ਇਸ ਸਮੇਂ ਘਰ ਹੀ ਰਹਿ ਰਹੇ ਨੇ, ਕਿਉਂਕਿ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਰਾਜਨੇਤਾ ਹੁੰਦੇ ਨੇ ਅਤੇ ਉਹ ਘਰ ਉਹਨਾਂ ਦਾ ਘੱਟ ਹੀ ਸਮਾਂ ਬਤੀਤ ਹੁੰਦਾ ਹੈ, ਜ਼ਿਆਦਾਤਰ ਫੀਲਡ ਦੇ ਵਿੱਚ ਹੁੰਦੇ ਨੇ, ਲੋਕਾਂ ਦੇ ਵਿੱਚ ਹੁੰਦੇ ਨੇ। ਸੋ ਇਸ ਮੌਕੇ ਹਾਲਾਤ ਇਹ ਨੇ ਕਿ ਚਾਹੇ ਕੋਈ ਵੀ ਇਨਸਾਨ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਉਹ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਉਹ ਅਮੀਰ ਹੈ, ਹਰ ਕਿਸੇ ਨੂੰ ਆਪਣੇ ਘਰ ਦੇ ਵਿੱਚ ਹੀ ਬੈਠਣਾ ਪੈ ਰਿਹਾ, ਕਿਉਂਕਿ ਇਹੀ ਇੱਕੋ ਇੱਕ ਇਲਾਜ ਹੈ, ਉਪਾਅ ਹੈ ਇਸ ਕਰੋਨਾ ਵਾਇਰਸ ਦੇ ਦੈਂਤ ਤੋਂ ਬਚਣ ਦਾ। ਇਸੇ ਤਰੀਕੇ ਨਾਲ ਅਸੀਂ ਬਚ ਸਕਦੇ ਹਾਂ। ਅੱਜ ਇੱਕ ਹੋਰ ਜਿਹੜੀ ਮੰਦਭਾਗੀ ਘਟਨਾ, ਉਹ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਦੇ ਵਿੱਚ ਘਟੀ ਆ, ਅਤੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਤਵਾਦੀ ਹਮਲਾ ਹੋਇਆ। ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਅਫਗਾਨੀ ਸਿੱਖ ਭਰਾ ਨੇ, ਸਾਡੇ ਭੈਣਾਂ ਨੇ, ਕਰੀਬ 150 ਜਿਹੜਾ ਸਿੱਖ ਸੀ ਉਹ ਗੁਰਦੁਆਰੇ ਦੇ ਵਿੱਚ ਮੌਜੂਦ ਸੀ, ਅਤੇ ਜਦੋਂ ਹਮਲਾ ਹੋਇਆ ਅਤੇ ਭਾਰੀ ਜਿਹੜਾ ਜਾਨਾਂ ਦਾ ਨੁਕਸਾਨ ਹੋਇਆ, ਅਤੇ ਇਸ ਹਮਲੇ ਦੇ ਵਿੱਚ 11 ਜਿਹੜੀਆਂ ਮੌਤਾਂ ਹੋਈਆਂ ਨੇ, 16 ਤੋਂ ਵਧੇਰੇ ਸਾਡੇ ਸਿੱਖ ਭੈਣ ਭਰਾ ਜਿਹੜੇ ਜ਼ਖਮੀ ਹੋਏ ਨੇ, ਅਤੇ ਹਾਲਾਂਕਿ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ, ਲੇਕਿਨ ਇਸ ਹਮਲੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇੱਕ ਵਾਰ ਫਿਰ ਤੋਂ ਉਸੇ ਹੀ ਅੱਤਵਾਦੀ ਸੰਗਠਨ ਨੇ ਲਈ ਹੈ, ਜੋ ਅੱਤਵਾਦੀ ਸੰਗਠਨ ਪੂਰੀ ਦੁਨੀਆ ਦੇ ਲਈ ਖਤਰਾ ਬਣਿਆ ਹੋਇਆ। ਹਾਲਾਂਕਿ ਮੈਂ ਦੱਸ ਦਿੰਦਾ ਕਿ ਇਸਲਾਮਿਕ ਸਟੇਟ ਨੇ ਇਸ ਹਮਲੇ ਦੀ ਪੂਰੀ ਜ਼ਿੰਮੇਵਾਰੀ ਲਈ ਆ, ਉਹਨਾਂ ਨੇ ਕਿਹਾ ਕਿ ਇਹ ਹਮਲਾ ਸਾਡੇ ਵੱਲੋਂ ਕੀਤਾ ਗਿਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਮਾਨਸਿਕਤਾ ਅਜਿਹੇ ਸੰਗਠਨਾਂ ਦੀ ਇੱਕ ਖਾਸ ਧਰਮ ਨੂੰ ਲੈ ਕੇ, ਅਤੇ ਇਹ ਬੜੀ ਭਿਆਨਕ ਨਤੀਜੇ ਪੇਸ਼ ਕਰਦੀ ਆ, ਅਤੇ ਲੋਕਾਂ ਨੂੰ ਜਾਂ ਆਪਣੇ ਧਰਮ ਦੇ ਲੋਕਾਂ ਨੂੰ ਭੜਕਾ ਕੇ, ਨੌਜਵਾਨਾਂ ਨੂੰ ਭੜਕਾ ਕੇ ਇਸ ਪੁੱਠੇ ਰਸਤੇ 'ਤੇ ਪਾ ਦਿੱਤਾ ਜਾਂਦਾ ਹੈ, ਅਤੇ ਖਾਸ ਕਰ ਅਫਗਾਨਿਸਤਾਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਦੇ ਵਿੱਚ ਹਾਲਾਤ ਬੜੇ ਮਾੜੇ ਨੇ। ਜਹਾਦ ਦਾ ਨਾਮ ਦੇ ਕੇ ਉੱਥੇ ਦੇ ਛੋਟੇ ਛੋਟੇ ਬੱਚਿਆਂ ਨੂੰ ਬੰਦੂਕਾਂ ਚੁਕਾ ਦਿੱਤੀਆਂ ਜਾਂਦੀਆਂ ਨੇ, ਕਈ ਵਾਰ ਤਾਂ ਆਤਮਘਾਤੀ ਜਿਹੜਾ ਬੰਬ ਵੀ ਬਣਾ ਦਿੱਤਾ ਜਾਂਦਾ। ਸੋ ਇਸ 'ਤੇ ਵੀ ਹੋਰ ਗੱਲਬਾਤ ਕਰਾਂਗੇ, ਲੇਕਿਨ ਅੰਮ੍ਰਿਤਸਰ ਤੋਂ ਸਾਡੇ ਸਹਿਯੋਗੀ ਸੁਖਚੈਨ ਸਿੰਘ ਜੁੜੇ ਨੇ। ਸੁਖਚੈਨ ਜੀ, ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਗਲੋਬਲ ਗੱਲਬਾਤ ਦੇ ਵਿੱਚ, ਅਤੇ ਕਿਸ ਤਰ੍ਹਾਂ ਦੇ ਹਾਲਾਤ ਹੁਣ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਬਣੇ ਹੋਏ ਨੇ, ਕੀ ਕੰਪਲੀਟ ਲੌਕਡਾਊਨ ਤੁਹਾਨੂੰ ਦਿਖ ਰਿਹਾ? ਜੀ ਬਿਲਕੁਲ, ਜਿਸ ਤਰ੍ਹਾਂ ਕਿ ਕਰਫਿਊ ਦੀ ਜੋ ਪੰਜਾਬ ਸਰਕਾਰ ਨੂੰ ਐਲਾਨ ਕੀਤਾ ਗਿਆ ਸੀ ਕਰਫਿਊ ਲਗਾਉਣ ਦੇ ਲਈ, ਉਹ ਕਰਫਿਊ ਲੱਗਾ ਹੋਇਆ ਸ਼ਹਿਰ ਦੇ ਵਿੱਚ। ਹਾਲਾਂਕਿ ਇਹ ਜ਼ਰੂਰ ਹੈ ਕਿ 3 ਦਿਨ ਹੋ ਗਏ ਹਨ ਜੋ ਕਿ ਕਰਫਿਊ ਲੱਗੇ ਅੰਮ੍ਰਿਤਸਰ ਦੇ ਵਿੱਚ, ਤਾਂ ਕੁਛ ਸਮਾਜ ਸੇਵੀ ਸੰਸਥਾ ਅਤੇ ਉਹਨਾਂ ਨੇ ਪੁਲਿਸ ਦੇ ਸਹਿਯੋਗ ਦੇ ਨਾਲ ਕੁਛ ਜੋ ਗਰੀਬ ਇਲਾਕੇ ਹਨ, ਚਾਹੇ ਉਹ ਝੁੱਗੀ ਝੁੰਪੜੀ ਜਾਂ ਕੁਛ ਹੋਰ ਸਲਾਮੀ ਇਲਾਕੇ ਹਨ, ਜਿੱਥੇ ਉਹਨਾਂ ਵੱਲੋਂ ਜੋ ਰਾਸ਼ਨ ਹੈ ਉਹਨੂੰ ਮੁਹੱਈਆ ਕਰਾਇਆ ਜਾ ਰਿਹਾ ਹੈ। ਔਰ ਦੱਸਦੀ ਕਿ ਪੁਲਿਸ ਵੱਲੋਂ ਸਾਰੀ ਜੋ ਸਥਿਤੀ ਹੈ ਕੰਟਰੋਲ ਦੇ ਵਿੱਚ ਹੈ। ਹਾਲਾਂਕਿ ਅੱਜ SGPC ਵੱਲੋਂ ਕੁਛ ਪੁਲਿਸ ਦੇ ਸਹਿਯੋਗ ਨਾਲ ਲੰਗਰ ਲਾਇਆ ਗਿਆ ਜਾਂ ਉਹਨਾਂ ਨੂੰ ਵੱਲੋਂ ਜੋ ਲੰਗਰ ਦੀ ਪੈਕਿੰਗ ਕਰਕੇ ਉੱਥੇ ਭੇਜੀ ਗਈ। ਲੇਕਿਨ ਸਿੱਖ ਕੌਮ ਲਈ ਇੱਕ ਬੜੀ ਬੜੀ ਦੁਖਦਾਈ ਖਬਰ ਆਈ ਹੈ, ਜਿਹੜੀ ਕਾਬੁਲ ਦੇ ਵਿੱਚ ਜਿਹੜੇ ਤਕਰੀਬ 21 ਸਿੱਖਾਂ ਦੀ ਮੌਤ ਦੀ ਖਬਰ ਹੈ। ਔਰ ਹਾਲਾਂਕਿ ਸਾਰਿਆਂ ਨੇ ਹੀ ਇਸ ਦੇ ਕਾਫੀ ਸ਼ੋਕ ਜਤਾਇਆ ਹੈ, ਕਿਉਂਕਿ SGPC ਦਾ ਵੀ ਕਹਿਣਾ ਹੈ ਜਾਂ ਹੋਰ ਸਿੱਖ ਆਗੂ ਦਾ ਕਹਿਣਾ ਕਿ ਸਿੱਖ ਜੋ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ, ਉਹਨਾਂ ਦੇ ਨਾਲ ਇਸ ਦਾ ਹੋਣਾ ਕਾਫੀ ਮੰਦ ਭਾਗਿਆ ਹੈ। ਜੀ ਜੀ, ਅੱਛਾ ਸੁਖਚੈਨ, ਸ਼ਹਿਰ ਦੀ ਗੱਲ ਤਾਂ ਹੋ ਗਈ ਹੈ, ਲੇਕਿਨ ਅੰਮ੍ਰਿਤਸਰ ਦੇ ਜਿਹੜੇ ਦਿਹਾਤੀ ਇਲਾਕੇ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ? ਕਿਉਂਕਿ ਹਾਲੇ ਵੀ ਜਿਹੜੀਆਂ ਖਬਰਾਂ ਹੀ ਆ ਰਹੀਆਂ ਨੇ ਕਿ ਜਿਹੜੇ ਪਿੰਡਾਂ ਦੇ ਲੋਕ ਨੇ, ਚਾਹੇ ਉਹ ਕਿਸੇ ਵੀ ਜ਼ਿਲ੍ਹੇ ਦੇ ਹੋਣ, ਉਹ ਹਾਲੇ ਵੀ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ, ਹਾਲੇ ਵੀ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਹਾਲੇ ਵੀ ਬਜ਼ੁਰਗ ਨੇ ਜਿਹੜੇ ਘਰ ਤੋਂ ਬਾਹਰ ਆ ਕੇ ਉਹ ਬੈਠ ਰਹੇ ਨੇ। ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਜੇ ਦਿਹਾਤੀ ਇਲਾਕੇ ਦੀ ਗੱਲ ਕਰੀਏ? ਜੀ ਬਿਲਕੁਲ, ਪੰਜਾਬ ਦੇ ਤਕਰੀਬਨ ਸਾਰੇ ਹੀ ਪਿੰਡਾਂ ਦੇ ਇਸ ਤਰ੍ਹਾਂ ਦੇ ਹਾਲਾਤ ਹਨ ਕਿ ਜੋ ਅਜੇ ਵੀ ਲੋਕ ਸੱਥਾਂ ਦੇ ਵਿੱਚ ਬੈਠ ਰਹੇ ਹਨ ਜਾਂ
ਅੱਠ ਦਸ ਟੋਲੀ ਬਣਾ ਕੇ ਬੈਠ ਰਹੇ ਹਨ। ਹਾਲਾਂਕਿ ਉਹਨਾਂ ਨੂੰ ਇਹ ਚੀਜ਼ ਨਹੀਂ ਦੇਖਦੇ ਕਿ ਜੋ ਬਾਹਰ ਵਿਦੇਸ਼ਾਂ ਵਿੱਚ ਜੋ ਜਿਸ ਤਰ੍ਹਾਂ ਦੇ ਇਸ ਤਰ੍ਹਾਂ ਨੁਕਸਾਨ ਹੋਇਆ ਹੈ, ਇਸ ਦੌਰਾਨ ਇੱਥੇ ਵੀ ਇਸ ਤਰ੍ਹਾਂ ਹੋ ਸਕਦਾ ਹੈ, ਲੇਕਿਨ ਉਹ ਅਜੇ ਵੀ ਜਾਗਰੂਕ ਨਹੀਂ ਕਹਿ ਸਕਦੇ ਕਿਉਂਕਿ ਵਿਦਿਆਰਥੀ ਦੇ ਵਿੱਚ ਵੀ, ਹਾਲਾਂਕਿ ਸ਼ਹਿਰ ਦੇ ਵਿੱਚ ਵੀ ਉਹ ਮੈਡੀਕਲ ਸਟਾਫ ਜਾਂ ਜਾਗਰੂਕਤਾ ਜੋ ਸਟਾਫ ਹੈ ਉਹਨਾਂ ਦੀ ਉਸਦੀ ਕਮੀ ਹੈ, ਤੇ ਪਿੰਡਾਂ ਵਿੱਚ ਵੀ ਇਸ ਤਰ੍ਹਾਂ ਸਟਾਫ ਦੀ ਕਾਫੀ ਕਮੀ ਨਜ਼ਰ ਆ ਰਹੀ ਹੈ, ਜਿਹਦੇ ਚੱਲਦੇ ਅਜੇ ਵੀ ਜੋ ਪਿੰਡਾਂ ਦੇ ਵਿੱਚ ਲੋਕ ਹਨ ਜਾਗਰੂਕ ਨਹੀਂ ਹਨ। ਹਾਲਾਂਕਿ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦੇਖਦੀ ਹੈ, ਸਾਰਾ ਕੁਛ ਉਹਨਾਂ ਨੂੰ ਪਤਾ ਹੈ, ਲੇਕਿਨ ਫਿਰ ਵੀ ਜਿਸ ਤਰ੍ਹਾਂ ਸੱਥਾ ਦਾ ਇਕੱਠਾ ਹੋਣਾ ਉਹ ਕਾਫੀ ਮੰਦਭਾਗਾ ਹੈ। ਅੱਛਾ ਸੁਖਚੈਨ, ਤੁਸੀਂ ਗੱਲ ਕੀਤੀ ਹੈ ਲੰਗਰ ਦੀ, ਗੱਲ ਕੀਤੀ ਹੈ ਕਿ ਲੰਗਰ ਦੇ ਵਿੱਚ ਲੋਕਾਂ ਨੂੰ ਇੱਥੇ ਤੱਕ ਬੁਲਾਇਆ ਜਾ ਰਿਹਾ ਜਾਂ ਕਿਸ ਤਰੀਕੇ ਦੇ ਨਾਲ ਲੋਕਾਂ ਤੱਕ ਇਹ ਲੰਗਰ ਪਹੁੰਚਾਇਆ ਜਾ ਰਿਹਾ? ਜੀ ਬਿਲਕੁਲ, ਕੱਲ ਹੀ ਅਸੀਂ ਕਲੀਅਰ ਕਰ ਦਿੱਤਾ ਗਿਆ ਸੀ ਕਿ ਉਹ ਜੋ ਲੰਗਰ ਸੇਵਾ ਹੈ ਉਹ ਤਿਆਰ ਕਰ ਦੇਣਗੇ, ਕਿਉਂਕਿ ਹਮੇਸ਼ਾ ਹੀ ਉਹ ਐਸ ਪੀ ਸੀ ਕਹਿੰਦੇ ਜਦੋਂ ਵੀ ਕੋਈ ਤ੍ਰਾਸਦੀ ਹੁੰਦੀ ਹੈ ਜਾਂ ਕੋਈ ਆਪਦਾ ਆਉਂਦੀ ਹੈ ਤਾਂ ਉਹ ਹਮੇਸ਼ਾ ਹੀ ਹਰ ਫੋਰਮ ਦੇ ਲਈ ਉਹ ਸੇਵਾ ਕਰਦੀ ਹੈ, ਲੰਗਰ ਲਗਾਉਂਦੀ ਹੈ। ਲੇਕਿਨ ਇਸ ਵਾਰ ਜੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਚੱਲ ਰਿਹਾ ਜਾਂ ਪੂਰੇ ਦੇਸ਼ ਦੁਨੀਆਂ ਚੱਲ ਰਿਹਾ, ਉਹ ਲੰਗਰ ਸੇਵਾ ਕਰਨ ਨੂੰ ਤਿਆਰ ਹੈ ਜੀ ਬੀ ਸੀ, ਲੇਕਿਨ ਉਹਦਾ ਕਹਿਣਾ ਕਿ ਜਦੋਂ ਲੰਗਰ ਜੋ ਵਰਤਾਨ ਦੀ ਸੇਵਾ ਹੋਏਗੀ ਉਹਦਾ ਪ੍ਰਬੰਧ ਪ੍ਰਸ਼ਾਸਨ ਕਰੇਗਾ, ਕਿਉਂਕਿ ਇੱਕ ਉਹ ਨਾਮੁਰਾਦ ਬਿਮਾਰੀ ਹੈ ਜਿਹੜੀ ਇੱਕ ਦੂਸਰੇ ਤੋਂ ਸਪਰਸ਼ ਤੋਂ ਫੈਲਦੀ ਹੈ, ਤੇ ਇਸ ਲਈ ਉਹ ਐਸ ਜੀ ਬੀ ਸੀ ਪ੍ਰਬੰਧ ਨਹੀਂ ਕਰ ਸਕਦੀ। ਇਸ ਕਰਕੇ ਪ੍ਰਸ਼ਾਸਨ ਨੂੰ ਇਹ ਪ੍ਰਬੰਧ ਕਰਨੇ ਪੈਣਗੇ ਕਿ ਉਹਨਾਂ ਨੇ ਲੋਕਾਂ ਨੂੰ ਲੰਗਰ ਕਿਸ ਤਰ੍ਹਾਂ ਵਰਤਾਉਣਾ ਹੈ ਉਸੇ ਬਣਾ ਕੇ ਦੇ ਸਕਦੇ ਹਨ, ਤੈਅ ਕਰਕੇ ਦੇ ਸਕਦੇ। ਠੀਕ ਹੈ ਯਾਨੀ ਕਿ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਜੇ ਸੇਵਾ ਵੀ ਹੋ ਰਹੀ ਹੈ, ਲੰਗਰ ਦੀ ਸੇਵਾ ਵੀ ਹੋ ਰਹੀ ਹੈ ਐਸ ਜੀ ਪੀ ਸੀ ਵੱਲੋਂ, ਤੇ ਉਹ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਵਿੱਚ ਰਹਿ ਕੇ ਕੀਤੀ ਜਾ ਰਹੀ ਹੈ। ਸੋ ਵੇਲਾ ਹੋ ਚੱਲਿਆ ਜੀ ਇੱਕ ਛੋਟੇ ਜਿਹੇ ਵਕਫੇ ਦਾ, ਤੇ ਇਸ ਛੋਟੇ ਜਿਹੇ ਵਕਫੇ ਤੋਂ ਬਾਅਦ ਦੁਬਾਰਾ ਫਿਰ ਤੋਂ ਤੁਹਾਡੇ ਨਾਲ ਜੁੜਦੇ ਹਾਂ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।